ਲੜ ਪਏ ਯਾਰ ਚੇਅਰ ਹੀ ਨਹੀਂ ਹੈਗੀ ਹੁਣ ਤੈਨੂੰ ਜਿਹੜੀ ਚਾਹੀਦੀ ਨਾਰਮਲ ਲੈ ਲਓ ਮੈਂ ਤੁਹਾਡੇ ਦੋ ਚਲ ਉੱਠ ਦੋਨਾਂ ਨਾਲ ਅੱਗੇ ਤੋਂ ਨਹੀਂ ਆ ਰਹੀ ਭਾਈ ਮੇਰੇ ਕੋਲ ਚਾਹੀਆ उम्मीद करते हैं तुसी सारे बहुत वधिया होंगे। सो आफ्टर सो मैनी डेज आपां इह व्लॉग शूट करन लगे हाँ ते अज असीं थोड़े जे फ्री सी सोचा कि मूवी देखी आईए। सो हुंजन साहब गए किरण नूं लैण ते फिर आपां जाने आ मूवी देखण ते मैं बहुत नॉर्मल जे कैजुअल जे कपड़े पाके चलें आराम नाल बह के मूवी देखांगे ते चप्पलां च चले आ चप्पां एंड बस देखते हैं कि मूवी देखनी है। अरदास और बीबी रजनी वी आर कन्फ्यूज्ड के दोनों से कि देखिए। सो देखते हैं कि वाली मूवी देखनी है तो तैयार हाँ मैं तो हुंजन साहब आ जाए बस तो फिर आप चलते हैं तो वीरे ने भी आई थिंक जा रहे मूवी देख असी उ मिलेंगे एक दूजे को जे वो जा रहे दैट मीनस असी वेले हाँ नहीं शूट हैगा शूट असी कर आए हैं। सो मिलते हैं जाके मूवी थिएटर च मेनू चाहिए तो ऐ कहते जिवें पता नहीं चलो भाई मूवी देखिए चलो पहला डिस्कस कर लो फिर कंटिन्यू कर दे चलो मेरी गई पता नहीं अरदास की बीड़ी है कि रजनी की जा के देख दे चल उठ बेइज्जती बहुत करती पई है नीनी इधर बेइज्जती बहुत करती पई है मैं की कीता वा मेरा इंटरव्यू लेना किवें लगी भाई फिल्म फिर नो वर्ड्स क्या यार इतने लेवल दी सी फिल्म हां मजा आ गया देख के ताई क्या नो वर्ड्स मेरे को है नहीं शब्द मैं भी प्रेज करा कैंट जो मैं यहाँ तो मैंने तो डायलॉग बड़े कैंट लगे मतलब उधर चे कुछ कुछ गल्ला मैंने उसे मेरे लिखा दिया था तो भी ये ना मैं बड़ा कुछ ऑब्जर्व कर ले हाँ बड़ा कुछ एक के याद है मैंने मैं लिखूंगी ठीक है ते तो कुछ कहना चाहनी है फिल्म बारे होर नहीं मैं ताई क्या मेरे को वर्ड्स नहीं थे बहुत ज्यादा कैंट सी है मैंने एक चीज बढ़िया लगी जो अरदास सारे खड़े हुए गुड मेरे को पर चुन्नी नहीं सी चलो पर दिलों आपा पूरा इज्जत माण बाबा जी ने उदा पता नहीं बाबा कदों हजूर साहब बुलाऊ आप पर दर्शन आप भी 60 साल तो पहला जा ही होना है ना वैसे तो मैं जाके आया हूं एक बार ओ तुसी अपनी सूरत च नहीं ना सीगे नहीं सूरत च तो सीगा छोटा बहुत सी मैं चलो सुख रखे पीछे वाला बंदा जी तुसी नहीं बोलना
फिल्म बहुत सोहनी सी, नो डाउट ਸਾਰਿਆਂ ਨੂੰ ਇਹ ਦੇਖਣੀ ਚਾਹੀਦੀ ਆ ਫਿਲਮ। ਵਧੀਆ ਕਨਸੈਪਟ ਸੀਗਾ। ਬੀਬੀ ਰਜਨੀ ਨਹੀਂ ਦੇਖੀ। ਬੀਬੀ ਰਜਨੀ ਵੀ ਦੇਖਣੀ ਚਾਹੀਦੀ ਆ ਤੇ ਇਹ ਵੀ ਦੇਖਣੀ ਚਾਹੀਦੀ ਆ। ਦੇਖਦੇ ਆ ਉਹ ਵੀ ਕਿੱਦਾਂ ਦੀ ਆ। ਜਦੋਂ ਬਾਲਾ ਮੂਡ ਹੋਵੇ ਨਾ ਮੂਵੀ ਦੇਖਣ ਦਾ ਇੱਥੇ ਆ ਜਾਓ ਵੀ ਨਰਮਲ ਪੈਲੇਸ ਨੇੜੇ ਦਾ ਨੇੜੇ। ਹਾਂ ਕਿਵੇਂ ਕਦੇ ਦਿਲ ਕਰੇ ਵੀ ਨੇੜੇ ਤੇੜੇ ਫਿਲਮ ਦੇਖਣ ਜਾਈਏ ਤਾਂ ਦਿਸ ਇਜ਼ ਬੈਸਟ। ਉਹ ਤਾਂ ਆਪਣੇ ਏਰੀਆ ਵਾਲਿਆਂ ਵਾਸਤੇ ਆ ਨਾ। ਆਪਣੇ ਏਰੀਆ ਦਾ ਬੈਸਟ। ਆਪਣੇ ਏਰੀਆ ਵਾਲਿਆਂ ਵਾਸਤੇ। ਚਲੋ ਫਿਰ ਕੁਛ ਖਾਣ ਨੂੰ ਮੇਰਾ ਮੂਡ ਸੀਗਾ ਬੀਬੀ ਰਜਨੀ ਮੂਵੀ ਦੇਖਣ ਦਾ, ਬਟ ਇਹਨਾਂ ਨੇ ਟਿਕਟਸ ਐਕਚੁਲੀ ਕਿਰਨ ਨੇ ਟਿਕਟਸ ਬੁੱਕ ਕਰਾ ਦਿੱਤੀਆਂ ਸਾਡੀ ਆਪੇ ਅਰਦਾਸ ਮੂਵੀ ਦੀਆਂ, ਬਟ ਕੋਈ ਰੈਗਰੈਟ ਨਹੀਂ ਫੀਲ ਹੋਇਆ। ਬਹੁਤ ਸੋਹਣੀ ਫਿਲਮ ਸੀਗੀ, ਬਹੁਤ ਜ਼ਿਆਦਾ ਸੋਹਣੀ। ਬੀਬੀ ਰਜਨੀ ਮੂਵੀ ਵੀ ਮੈਂ ਦੇਖਣੀ ਆ, ਜ਼ਰੂਰ ਦੇਖੂੰਗੀ ਜਲਦੀ। ਬਟ ਅਰਦਾਸ ਦਾ ਕਨਸੈਪਟ ਵੀ ਬਹੁਤ ਵਧੀਆ ਸੀ ਪਹਿਲੀ ਮੂਵੀਜ਼ ਨਾਲੋਂ। ਮਤਲਬ ਇਹ ਨਹੀਂ ਕਹਾਂਗੀ ਕਿ ਮਾੜੀ ਸੀ ਜਾਂ ਚੰਗੀ ਸੀ, ਲੈਵਲ ਦੀ ਸੀ ਪੂਰੀ, ਇੱਕ ਤੋਂ ਇੱਕ ਵੱਧ ਕੇ। ਮਤਲਬ ਹਰ ਵਾਰ ਇਹਨਾਂ ਦਾ ਲੈਵਲ ਅਪ ਹੀ ਹੁੰਦਾ ਵਾ। ਕਨਸੈਪਟ ਬਹੁਤ ਸੋਹਣਾ ਹੁੰਦਾ ਹਰ ਵਾਰੀ ਦਾ, ਤੇ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣੀ ਲੱਗੀ। ਅਤੇ ਬਾਕੀ ਮੈਂ ਪਹਿਲਾਂ ਵੀ ਕਿਹਾ ਕਿ ਚਲੋ ਜਿਹੜੇ ਨਹੀਂ ਹਲ ਤੱਕ ਹਜ਼ੂਰ ਸਾਹਿਬ ਗਏ, ਜਿਵੇਂ ਕਿ ਮੈਂ ਵੀ ਨਹੀਂ ਚਲੋ ਗਈ ਹੈਗੀ, ਹੁੰਦਨ ਸਾਹਿਬ ਗਏ ਹੋਏ ਆ ਛੋਟੇ ਹੁੰਦੇ ਆਪਣੇ ਦਾਦਾ ਦਾਦੀ ਨਾਲ। ਤੈਨੂੰ ਮੈਂ ਪੱਕਾ ਲੈ ਕੇ ਜਾਊਂਗਾ। ਅਤੇ ਹੁੰਦਨ ਸਾਹਿਬ ਦੀ ਫੋਟੋ ਇਹਨਾਂ ਦੀ ਦਾਦੀ ਦੇ ਨਾਲ ਅਤੇ ਦਾਦਾ ਜੀ ਨਾਲ, ਉਹ ਹਜ਼ੂਰ ਸਾਹਿਬ ਵਾਲੀ ਇੱਥੇ ਲਾਉਣਗੇ, ਇਹ ਗਏ ਹੋਏ ਆ। ਬਟ ਮੈਂ ਨਹੀਂ ਕਦੇ ਗਈ, ਹੋਪ ਬਾਬਾ ਜੀ ਕਦੇ ਮੈਨੂੰ ਬੁਲਾਉਣ ਤਾਂ ਮੈਂ ਜ਼ਰੂਰ ਜਾਊਂਗੀ। ਅਤੇ ਬਟ ਮੂਵੀ ਦੇ ਵਿੱਚ ਦਰਸ਼ਨ ਕੀਤੇ, ਮਜ਼ਾ ਆਇਆ, ਵਧੀਆ ਲੱਗਿਆ। ਅਤੇ ਪੂਰੀ ਉਹ ਚੀਜ਼ ਅਰਦਾਸ ਹੋਈ, ਐਵਰੀਥਿੰਗ ਬਹੁਤ ਵਧੀਆ ਸੀਗਾ। ਪੂਰਾ ਫੀਲ ਆਇਆ ਵੀ ਹਾਂ ਸਿੱਖ ਹੈ ਬੈਠੇ ਆ ਵਧੀਆ, ਹੈ ਨਾ। ਨੋਟ ਈਵਨ ਸਿੱਖ, ਉੱਥੇ ਜਿੰਨੇ ਲੋਕ ਸੀ ਨਾ, ਜੋ ਵੀ ਥੀਏਟਰ ਦੇ ਵਿੱਚ, ਸਾਰੇ ਹੱਥ ਜੋੜ ਕੇ ਅਰਦਾਸ ਕਰਨ ਲੱਗ ਪਏ, ਖੜੇ ਹੋਏ, ਉਹ ਇੱਜ਼ਤ ਮਾਨ ਜੋ ਸਤਿਕਾਰ ਬਾਬਾ ਜੀ ਨੂੰ, ਹੈ ਨਾ, ਸਾਰੇ ਸਾਹਮਣੇ ਦਾ, ਉਹ ਮਤਲਬ ਵਧੀਆ ਲੱਗਿਆ। ਅਤੇ ਹੁਣ ਬੀਬੀ ਰਜਨੀ ਵੀ ਜ਼ਰੂਰ ਦੇਖਣੀ ਆ, ਉਹਦਾ ਵੀ ਕਨਸੈਪਟ ਅਲੱਗ ਜਿਹਾ ਆਇਆ ਆਪਣੀ ਹੁਣ ਤੱਕ ਦੀ ਮੂਵੀਜ਼ ਦੇ ਵਿੱਚ, ਸੋ ਵੀ ਦੇਖਾਂਗੇ। ਬਾਕੀ ਕੋਈ ਨਹੀਂ, ਵੀ ਆਰ ਗੋਇੰਗ ਵਿਦ ਦ ਫਲੋ। ਸੋ ਜਿਵੇਂ ਜਿਵੇਂ ਚੱਲ ਰਹੀ ਹੈ ਜ਼ਿੰਦਗੀ ਉਵੇਂ ਚੱਲ ਰਹੇ ਹਾਂ, ਅਤੇ ਵਧੀਆ ਵਧੀਆ ਵਲੋਗ ਲਿਆਉਣ ਦੀ ਟਰਾਈ ਕਰ ਰਹੇ ਹਾਂ, ਬਟ ਟਾਈਮ ਨਹੀਂ ਲੱਗ ਪਾ ਰਿਹਾ। ਬਟ ਇਟਸ ਓਕੇ, ਥੋੜ੍ਹਾ ਜਿਹਾ ਟਾਈਮ ਹੋ ਰਿਹਾ, ਫਿਰ ਸੋਹਣੇ ਸੋਹਣੇ ਵਲੋਗਸ ਤੁਹਾਨੂੰ ਦਿਖਾਵਾਂਗੇ, ਵਧੀਆ ਵਧੀਆ ਜਿਹੇ ਵਲੋਗਸ। ਸੋ ਬਸ, ਅਤੇ ਮੂਵੀ ਬੈਠੇ ਬੈਠੇ ਮੈਨੂੰ ਫੋਨ ਵੀ ਆਇਆ ਡੈਡੀ ਦਾ ਕਿ ਤੂੰ ਗੇੜਾ ਨਹੀਂ ਮਾਰਿਆ, ਇਸ ਲਈ ਮੈਂ ਸੋਚਿਆ ਕੱਲ੍ਹ ਉੱਧਰ ਵੀ ਗੇੜਾ ਮਾਰ ਕੇ ਇਹ ਡੈਡੀ ਬਰਾਮ ਜਾਂਦੇ ਆ ਜੇ ਮੈਂ 2 ਦਿਨ ਨਾ ਉੱਧਰ ਜਾਵਾਂ। ਅਤੇ ਬਸ ਫਿਰ ਮਿਲਦੇ ਹਾਂ ਆਪਾਂ ਅਗਲੇ ਵਲੋਗ ਦੇ ਵਿੱਚ। ਅਗਲਾ ਵਲੋਗ ਉਹੀ ਹੋਊਗਾ ਜੋ ਮੈਨੂੰ ਦੱਸਣ ਨਹੀਂ ਦਿੱਤਾ, ਜੇ ਕੱਲ੍ਹ ਉਹ ਹੋ ਗਿਆ ਪੂਰਾ ਤਾਂ ਆਪਾਂ ਪ੍ਰੋਪਰ ਤੁਹਾਨੂੰ ਵਲੋਗ ਦਿਖਾਵਾਂਗੇ। ਐਂਡ ਤੁਸੀਂ ਵੀ ਐਕਸਾਈਟਡ ਰਹੋ, ਮੈਂ ਕਿਉਂਕਿ ਬਹੁਤ ਜ਼ਿਆਦਾ ਐਕਸਾਈਟਡ ਹਾਂ, ਅਤੇ ਤੁਹਾਡੇ ਲਈ ਵੀ ਵਧੀਆ ਹੋਊਗਾ, ਸਾਡੇ ਲਈ ਤਾਂ ਬਹੁਤ ਵਧੀਆ। ਚਲੋ, ਸੋ ਮਿਲਦੇ ਹਾਂ ਅਗਲੇ ਕਿਸੇ ਵਲੋਗ 'ਚ। ਮੈਨੂੰ ਪਤਾ ਮੈਂ ਬਹੁਤ ਗੱਲਾਂ ਮਾਰਦੀ ਹਾਂ, ਕਿਸੇ ਦਿਨ ਨਾ ਸਟਾਰਟਿੰਗ ਵੀ ਇੱਧਰ ਹੀ ਕਰਾਉਂਗੀ, ਐਂਡਿੰਗ ਵੀ ਇੱਧਰ ਹੀ ਕਰਾਉਂਗੀ। ਓਕੇ ਜੀ, ਚਲੋ ਮਿਲਦੇ ਹਾਂ ਅਗਲੀ ਕਿਸੇ ਵੀਡੀਓ ਦੇ ਵਿੱਚ। ਟਿਲ ਦੈਨ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਰੱਬ ਰਾਖਾ। ਟਿਟ